ਪੰਜਾਬ ਵਿੱਚ ਜਿੱਥੇ ਪਰਾਲੀ ਨੂੰ ਅੱਗ ਲਗਾਉਣਾ ਵੱਡਾ ਮੁੱਦਾ ਬਣਿਆ ਹੋਇਆ, ਉੱਥੇ ਕਲਾਕਾਰ ਇਸ ਮਸਲੇ ਤੋਂ ਰਾਹਤ ਦਿਵਾਉਣ ਲਈ ਦਿਨ ਰਾਤ ਇਹ ਕਰ ਰਿਹਾ। ਤੁਸੀਂ ਇੱਕ ਪੱਲੇ ਸੋਚੋ, ਜੇਕਰ ਤੁਹਾਡੀ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਜਾਵੇ ਅਤੇ ਜੇ ਕੋਈ ਕੰਮ ਕਰਨ ਨੂੰ ਕਿਹਾ ਜਾਵੇ ਤਾਂ ਯਕੀਨਨ ਅਸੀਂ ਨਹੀਂ ਕਰ ਪਾਵਾਂਗੇ। ਪਰ ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਨੇ ਇਸ ਨੂੰ ਸੱਚ ਕਰ ਵਿਖਾਇਆ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਐਗਜੀਬਿਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਭਿਸ਼ੇਕ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਇਹੀ ਨਹੀਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਅਭਿਸ਼ੇਕ ਦੇ ਸਟਾਲ 'ਤੇ ਆਏ ਅਤੇ ਆਪਣੇ ਮਹਿਲ ਨੂੰ ਸਜਾਉਣ ਲਈ ਸਮਾਨ ਵੀ ਖਰੀਦਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਅਭਿਸ਼ੇਕ ਵੱਲੋਂ ਬਣਾਈ ਗਈ ਕਲਾਕ੍ਰਿਤੀਆਂ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ। ਪਟਿਆਲਾ ਦੇ ਰਾਜਪੁਰਾ ਦਾ ਵਾਸੀ ਅਭਿਸ਼ੇਕ, ਜਿਸ ਦੀ ਉਮਰ 25 ਸਾਲ ਹੈ, ਆਪਣੀ ਇਸ ਅਨੂਠੀ ਕਲਾ ਦੇ ਬੂਤੇ 'ਤੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਵੀ ਨਾਮ ਦਰਜ ਕਰਵਾ ਚੁੱਕਾ ਹੈ। ਨਾਲ ਹੀ ਪੰਜਾਬ ਸਰਕਾਰ ਵੱਲੋਂ ਕਲਾ ਦੇ ਖੇਤਰ ਵਿੱਚ ਸਟੇਟ ਅਵਾਰਡ ਵੀ ਹਾਸਲ ਕਰ ਚੁੱਕਾ ਹੈ। ਉਸਨੇ ਇਹ ਕਲਾ ਆਪਣੇ ਦਾਦਾ ਜੀ ਤੋਂ ਸਿੱਖੀ ਸੀ। ਇਸ ਪ੍ਰਦਰਸ਼ਨੀ ਵਿੱਚ ਵੀਰੇ, ਇਹ ਸਾਰੀ ਪ੍ਰਦਰਸ਼ਨੀ ਜਿੰਨੇ ਵੀ ਘਾਹ ਤੋਂ ਤੁਸੀਂ ਬਣੇ ਹੋਏ ਦੇਖ ਰਹੇ ਹੋ, ਸਾਡੇ ਵਿਰਸੇ ਤੋਂ ਬਿਲੋਂਗ ਕਰਦੀ ਹੈ। ਇਹ ਕਲਾ ਮੈਂ ਆਪਣੇ ਦਾਦਾ ਜੀ ਤੋਂ ਸਿੱਖੀ ਹੈ ਅਤੇ ਦਾਦਾ ਜੀ ਨੇ ਸਾਡੇ ਚਾਚਾ ਜੀ ਤੋਂ ਸਿੱਖੀ ਸੀ, ਦਾਦਾ ਜੀ ਨੇ ਆਪਣੇ ਚਾਚਾ ਜੀ ਤੋਂ ਸਿੱਖੀ ਸੀ ਅਤੇ ਸਾਡੀ ਪੀੜ੍ਹੀ 'ਚ ਅੱਜ ਤੋਂ 100-150 ਸਾਲ ਪਹਿਲਾਂ ਇਹ ਕਲਾ ਵਿੱਚ ਕੰਮ ਹੁੰਦਾ ਸੀ। ਅਤੇ ਉਸ ਤੋਂ ਬਾਅਦ ਜਿਵੇਂ ਯੁੱਗ ਚੇਂਜ ਹੋਏ, ਪਲਾਸਟਿਕ ਦਾ ਯੁੱਗ ਆ ਗਿਆ, ਸਾਡੀ ਪੀੜ੍ਹੀ ਨੇ ਕੰਮ ਕਰਨਾ ਬੰਦ ਕਰਤਾ। ਬਟ ਇੱਕ ਇੱਕ ਬੰਦੇ ਨੂੰ ਵਿਰਾਸਤ ਦੇ ਤੌਰ 'ਤੇ ਇਸ ਕਲਾ ਦੇ ਵਿੱਚ ਕੰਮ ਕਰਨ ਦਾ ਤਰੀਕਾ, ਹੁਨਰ ਬਖਸ਼ਦੇ ਗਏ, ਜਿਨ੍ਹਾਂ ਵਿੱਚ ਤੁਸੀਂ ਅੱਗ ਲਗਾਉਂਦੇ ਹੋ ਉਸ ਚੀਜ਼ਾਂ ਨੂੰ ਮੈਂ ਇਸਤੇਮਾਲ ਕਰਕੇ ਅਲੱਗ ਅਲੱਗ ਪ੍ਰਕਾਰ ਦੀ ਕਲਾਕ੍ਰਿਤੀਆਂ ਬਣਾ ਰਿਹਾ, ਜਿਹਦਾ ਜੀ ਅੱਜ ਕੱਲ੍ਹ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਦਾ ਮਨ ਉਸ ਕਲਾਕ੍ਰਿਤੀਆਂ ਨੇ ਮੋਹਿਆ ਹੋਇਆ। ਮੈਨੂੰ ਜੀ 5 ਸਾਲ ਦੇ ਕਰੀਬ ਦਾ ਇਸ ਖੇਤਰ ਵਿੱਚ ਕੰਮ ਕਰਦੇ ਹੋਏ ਸਮੇਂ ਹੋ ਚੁੱਕਿਆ ਜੀ। ਬਿਲਕੁਲ ਜੀ, ਪ੍ਰਧਾਨ ਮੰਤਰੀ ਜੀ ਵੱਲੋਂ ਮੈਨੂੰ ਲੈਟਰ ਪ੍ਰਾਪਤ ਹੈ ਜੀ, CM ਸਾਹਿਬ ਨੇ 26 ਜਨਵਰੀ 'ਤੇ ਸਨਮਾਨਿਤ ਕੀਤਾ ਹੈ, ਜਿਸ ਵੀ ਵੇਖ ਰਹੇ ਹੋ, ਅਤੇ ਹੋਰ ਵੀ ਕਈ ਸਟੇਟ ਅਵਾਰਡ ਵੀ CM ਸਾਹਿਬ ਨੇ ਦਿੱਤਾ ਹੈ ਜੀ, DC ਵੱਲੋਂ ਵੀ ਸਨਮਾਨਿਤ ਹੈ ਜੀ, ਵੱਖ ਵੱਖ ਸੰਸਥਾਵਾਂ ਜਿਹੜੀ ਸਮਾਜਿਕ ਭਲਾਈ ਸੰਸਕ੍ਰਿਤੀ ਲਈ ਕੰਮ ਕਰਦੀਆਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਹੋਇਆ, ਅਤੇ ਪੰਜਾਬ ਸਰਕਾਰ ਦੀ ਸਰਕਾਰੀ ਕਿਤਾਬ ਦੇ ਵਿੱਚ ਵੀ ਮੇਰਾ ਨਾਮ ਦਰਜ ਹੈਗਾ, ਜਿਹਦੇ ਵਿੱਚ ਕਲੀਅਰਲੀ ਮੈਂਸ਼ਨ ਹੈ ਕਿ ਅਭਿਸ਼ੇਕ ਚੌਹਾਨ ਦੇਸ਼ ਦਾ ਪਹਿਲਾ ਇੱਦਾਂ ਦਾ ਕਲਾਕਾਰ ਆ ਜਿਹੜਾ ਅੱਖਾਂ 'ਤੇ ਪੱਟੀ ਬੰਨ੍ਹ ਕੇ ਘਾਹ ਤੋਂ ਕਲਾਕ੍ਰਿਤੀਆਂ ਬਣਾ ਰਿਹਾ। ਬਿਲਕੁਲ ਜੀ, ਸਾਡੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਉਰੇ ਸਟੋਲ 'ਤੇ ਆਏ ਸੀਗੇ ਅਤੇ ਜਸਟ ਆਪਣੇ ਮਹਿਲ ਵਾਸਤੇ ਉਰੇ ਤੋਂ ਇੱਕ ਬਹੁਤ ਵਧੀਆ ਐਂਟੀਕ ਪੀਸ ਲੈ ਕੇ ਗਏ ਨੇ ਅਤੇ ਉਹਨਾਂ ਨੇ ਉਹ ਕਲਾਕ੍ਰਿਤੀ ਆਪਣੇ ਸੋਸ਼ਲ ਮੀਡੀਆ 'ਤੇ, ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਆ, ਅਤੇ ਮੈਂ CM ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ 'ਤੇ ਇੱਦਾਂ ਦਾ ਉਪਰਾਲਾ ਉਰੇ ਸੁਲਤਾਨਪੁਰ ਲੋਧੀ ਵਿੱਚ ਕੀਤਾ ਅਤੇ ਮੇਰੇ ਜਿਹੇ ਪਤਾ ਨਹੀਂ ਕਿੰਨੇ ਕਲਾਕਾਰ ਉਹਨਾਂ ਨੇ ਬੁਲਾਏ ਨੇ ਅਤੇ ਮੇਰੇ ਕੋਲ ਆਉਣ ਵਾਸਤੇ ਉਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਆਉਣ ਵਾਲੇ ਸਮੇਂ ਵਿੱਚ ਵੀ ਅਭਿਸ਼ੇਕ ਨੇਤਰਹੀਣ ਬੱਚਿਆਂ ਨੂੰ ਇਸ ਕਲਾ ਨੂੰ ਸਿਖਾਉਣ ਦੀ ਤਿਆਰੀ ਕਰ ਰਿਹਾ। ਆਪਣੇ ਦਾਦਾ ਜੀ ਤੋਂ ਇਹ ਹੁਨਰ ਸਿੱਖ ਕੇ ਅਭਿਸ਼ੇਕ ਦੇਸ਼ ਦਾ ਪਹਿਲਾ ਕਲਾਕਾਰ ਬਣ ਗਿਆ, ਜੋ ਨਾ ਸਿਰਫ ਖੁੱਲ੍ਹੀ ਅੱਖਾਂ ਨਾਲ ਬਲਕਿ ਅੱਖਾਂ 'ਤੇ ਪੱਟੀ ਬਣ ਕੇ ਪਰਾਲੀ, ਕਣਕ ਦੇ ਸਿੱਟਿਆਂ ਅਤੇ ਦੂਜੀ ਕਿਸਮ ਦੀ ਘਾਹ ਨਾਲ ਵੱਖ ਵੱਖ ਦੀਆਂ ਕਲਾਕ੍ਰਿਤੀਆਂ ਬਣਾਉਣ ਵਿੱਚ ਮਾਹਰ ਹੈ। ਮੇਰਾ ਪਲਾਨ ਹੈਗਾ ਕਿ ਅਸੀਂ 1 ਲੱਖ ਬੰਦਿਆਂ ਨੂੰ ਇਹ ਕਲਾਕ੍ਰਿਤੀਆਂ ਨਾਲ ਰੋਜ਼ਗਾਰ ਦੇਣਾ। ਫਿਲਹਾਲ ਵੀਰੇ ਮੈਂ ਨੇਤਰਹੀਣ ਲੋਕਾਂ ਨੂੰ ਸਿਖਾਉਣ ਦਾ ਇੱਛੁਕ ਹੈਗਾ, ਜਿਹਦੇ ਵਿੱਚ ਮੈਂ ਹਰਿਆਣਾ ਸਰਕਾਰ ਦੇ ਨਾਲ ਇਹ ਕੰਮ ਵੀ ਕਰ ਰਿਹਾ। ਦੇਖੋ ਜੀ, ਜਿਹੜੀ ਵੀ ਇਹ ਮੇਰੇ ਕੋਲ ਅੱਖਾਂ 'ਤੇ ਪੱਟੀ ਬੰਨ੍ਹ ਕੇ ਘਾਹ ਤੋਂ ਕਲਾਕ੍ਰਿਤੀਆਂ ਬਣਾਉਣ ਦਾ ਗੁਣ ਹੈ, ਇਹ ਸਾਰਾ ਉਹ ਬਾਬੇ ਨਾਨਕ ਦੀ ਦੇਣ ਹੈਗੀ ਹੈ, ਅਤੇ ਮੈਂ ਬਹੁਤ ਧੰਨ ਪਾਗਲ ਸਮਝਦਾ ਆਪਣੇ ਕਿ ਮੈਨੂੰ ਸੁਲਤਾਨਪੁਰ ਲੋਧੀ ਆਉਣ ਦਾ ਮੌਕਾ ਮਿਲਿਆ। ਵਾਕਈ ਜਿੱਥੇ ਲੋਕ ਪਰਾਲੀ ਸਾੜਨ ਦਾ ਹੱਲ ਲੱਭ ਰਹੇ ਨੇ, ਇਸ ਨੌਜਵਾਨ ਨੇ ਇਸੇ ਪਰਾਲੀ ਨਾਲ ਵੱਖ ਵੱਖ ਕਲਾਕ੍ਰਿਤੀਆਂ ਬਣਾ ਕੇ ਪਰਾਲੀ ਨੂੰ ਵੀ ਉਪਯੋਗ ਦੀ ਵਸਤੂ ਬਣਾ ਦਿੱਤਾ। ਸੁਲਤਾਨਪੁਰ ਲੋਧੀ ਤੋਂ ਸੁਰਿੰਦਰ ਸਿੰਘ ਬੱਬੂ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਮਨ ਮਰਜ਼ੀ ਦਾ ਕਾਲਜ ਚੁਣਨਾ ਚਾਹੁੰਦੇ ਹੋ, ਮਈ ਔਰ ਸਪਤੰਬਰ 2020 ਦੇ ਸੈਸ਼ਨ ਲਈ ਟਾਈਮ ਸਿਰ ਦਾਖਲਾ ਅਪਲਾਈ ਕਰਨ ਦਾ, ਜਿਹੜੇ ਬੱਚੇ ਲਾਇਕ ਹੈ, ਨੰਬਰ ਚੰਗੇ ਹੈ, ਉਹਨਾਂ ਨੂੰ $5,000 ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਅਪਲਾਈ ਕਰੋ, ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।